ਅੰਦਰ ਹੋਈ ਤੇ ਵੀ ਦੱਸੋ ਬੜਾ ਬਹੁਤ ਹੀ ਕਰੋ ਭਿਆਨਕ ਭਿਆਨਕ ਖੁਸ਼ੀ ਹੋਈ ਇਹਦੀ ਮੈਨੂੰ ਨਾ ਪੋਸਟਰ ਦੇਖ ਕੇ ਨਾ ਬਹੁਤ ਭਿਆਨਕ ਖੁਸ਼ੀ ਕਲੋਨ ਹੋ ਗਈ ਯਾਰ ਹੈਲੋ ਫਰੈਂਡਸ ਸਿਓ ਖਾ ਲੋ अज गाना शूट कर रहे हैं ते ओदे लिए कोई थोड़ी जी जगाड़ ला के कुछ सैटिंग कर रहे हैं इनू कहंदे आ रिंग लाइट ते पोस्टर बारे कुछ दस्सियो रोमांटिक गाने दे खतरनाक बहुत ही भयानक भयानक खुशी हुई है थी मैंने ना पोस्टर देख के ना बहुत भयानक खुशी मेरे पोस्टर जे तो उन्हें कमी लगी ना तो सीधे रख यो कट जे कट देना कमी वो जो पूरा की है ਉਤਾਲਾ ਪੋਸਟਰ ਬਣਾਇਆ ਨੇ ਮੈਂ ਟਿਕਣ ਦਾ ਉਤਾਲੀ ਪਹਿਲਾਂ ਦਾ ਪੋਸਟਰ ਹੈ ਅਮਨ ਕੱਲ ਸੀ ਤਾਂ ਡਿਜ਼ਾਈਨ ਕਰਵਾਇਆ ਕਾ ਓ ਮਾਈ ਗॉड ਜਿਹੜਾ ਜੱਸੀ ਗਲਤੀ ਗਾਣੇ ਕਰਦਾ ਕਾ ਕੀ ਬਾਤ ਹੈ ਇੱਕ ਵਾਰੀ ਦੇਖ ਲਓ ਜੀ ਲੁੱਕ ਦੀ ਮੈਂ ਜ਼ੂਮ ਕਰਦਾ ਇੱਕ ਮਿੰਟ ਆਏ ਹਾਏ ਹਾਏ ਇਹ ਤਾਂ ਯਾਰ ਇੱਕ ਵਾਰੀ ਆ ਜਿਹੜਾ ਸਾਈਡ ਤੇ ਭੂਤ ਪਿਆ ਇਹ ਤਾਂ ਇੱਕ ਵਾਰੀ ਜ਼ਰੂਰ ਸਾਰੇ ਨਾਲ ਕਮੈਂਟ ਕਰਕੇ ਦੱਸਿਓ ਕਿ ਪੋਸਟਰ ਤੁਹਾਨੂੰ ਕਿੱਦਾਂ ਲੱਗਿਆ ਜੇ ਕਿਸੇ ਦੇ ਜ਼ੋਰ ਦੀ ਲੱਗਿਆ ਤਾਂ ਸਾਨੂੰ ਮਾਫ ਕਰਿਓ ਮੈਂ ਤਾਂ ਕਹਿੰਦਾ ਟੀ ਸੀਰੀਜ਼ ਨੂੰ ਵੀ ਇੱਥੋਂ ਹੀ ਆਪਣਾ ਕਰਾਉਣਾ ਚਾਹੀਦਾ गाइस एक जादू ये जादू तुम्हें को आता है क्लोन हो गया ओए होने होने ओ यार आज आज रहा होगी यार भाई ये जादू तुम्हें को आता है क्या बात लो जी जसपाल जी प्लग पाउंदे होए ते रिंग लाइटां दे विचों दी दिखाउंदे होए सब तो औखा काम क्या पानी है बस मैं मेरा वाला थे हूं सिरते हम मगर शूट जो नहीं वैसे ये एक चीज आ ध्यान ना पीछे साउंडलेस ताड़ियां ये ताड़ियां साउंडलेस हैं सर आपका मेकअप हो चुका है मेकअप ऑलमोस्ट मेरा रहता ही है इदा ही क्या बात कर देंगे टन 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 हेलो फ्रेंड्स सियो खा लो अमीरनेस आई क्या बात अमीरनेस क्या बात इंग्लिश पंजाबी क्या बात इस बार ने डक टेप चक्कियो कितने कितने भैया आप ही है अच्छा क्या पढ़ाऊँ मैं लाऊँगा अच्छा लाऊँगी आज ये साड़ी बॉक एंड लाइट तैयार हो रही है कि डायरेक्टर साहब लाइट सेट कर रहे हैं दिस इज कॉल्ड सीजर सीजर्स उर्फ केंजी या जेड़ा मेन सिंगर है वही सफाई कर रहा है बजट कट सी ज्यादा थोड़ा आप ही करना पड़ेगा हमारा कोई भी वो नहीं होता दादा सर सर मैं करता हूं सर मैं कर रहा हूं सर थैंक यू शूट देखो ये साडे हैगे ने स्मोकमैन ठंड बहुत है भाई रात सारी रात शूट चलांगे ठंड ठंड पा ब्लॉग सा
ਸਾਡਾ ਵਲੌਗ ਸੌਰੀ ਸ਼ੂਟ ਕੰਪਲੀਟ ਹੋ ਗਿਆ ਤੇ ਅੱਖਾਂ ਸੁੱਜ ਗਈਆਂ ਤੇ ਨੀਂਦਾਂ ਆ ਰਹੀਆਂ ਨੇ ਸਵੇਰ ਦੇ ਠੰਡ ਵੀ ਲੱਗ ਰਹੀ ਹੈ ਬਈ ਬਹੁਤ ਜ਼ਿਆਦਾ ਹੈ ਸਵੇਰ ਦੇ 5:30 ਹੋ ਗਏ ਤੇ ਠੰਡ ਬਹੁਤ ਜ਼ਿਆਦਾ ਹੈ ਹਾਂਜੀ ਕਿਵੇਂ ਲੱਗਿਆ ਦਿਓਲ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਿਆ ਤੇ ਬਹੁਤ ਇਹ ਬੰਦਾ ਸਿਰੇ ਦਾ ਗੱਪੀ ਹੈ ਤੁਸੀਂ ਦੱਸੋ ਬਹੁਤ ਵਧੀਆ ਲੱਗਿਆ ਜੀ ਸਹੀ ਦੱਸਾਂ ਇਹ ਵੀ ਸਿਰੇ ਦਾ ਗੱਪੀ ਹੈ ਮੈਂ ਦੱਸਦਾ ਮੈਨੂੰ ਇਹਨਾਂ ਦੋਨਾਂ ਨਾਲ ਕੰਮ ਕਰਕੇ ਜਮਾ ਨਹੀਂ ਸਵਾਦ ਆਇਆ ਇਹ ਵੀ ਸਿਰੇ ਦਾ ਗੱਪੀ ਹੈ ਅਜੇ ਤਿੰਨੇ ਗੱਪੀ ਇਕੱਠੇ ਹੋ ਗਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵਾਚ ਟਾਈਮ ਦਿਓ ਤੇ ਖੁਸ਼ ਰਹੋ ਹੱਸਦੇ ਵਸਦੇ ਰਹੋ ਠੰਡ ਤੋਂ ਬਚੇ ਰਹੋ ਥੰਬਨੇਲ ਲਈ ਤੁਹਾਡਾ ਜਿੱਥੋਂ ਪਹਿਲਾਂ ਬਣਵਾਇਆ ਸੀ ਉਹੀ ਕਰਵਾਵਾਂਗੇ ਉਹ ਵੀਰੇ ਯਾਰ ਪੇਮੈਂਟ ਜ਼ਿਆਦਾ ਮੰਗਦੇ ਨੇ 20,000 ਰੁਪਏ ਮੰਗ ਰਹੇ ਨੇ ਕੋਈ ਗੱਲ ਨਹੀਂ ਸੋਹਣਾ ਲੱਗ ਰਿਹਾ ਕੀ ਹੋ ਗਿਆ ਮੂੰਹ ਤੇ ਮੱਕੜੀ ਤਾਂ ਨਹੀਂ ਦੇਖੀ ਨਹੀਂ ਹੈਗੀ ਕੋਈ ਨਹੀਂ ਨੀਚੇ ਉਤਰ ਗਈ ਜੇ ਫੋਟੋ ਖਿੱਚ ਦੇ ਕਦੇ ਖਿੱਚ ਦਿੰਨੇ ਗਾਣਾ ਬਹੁਤ ਪਸੰਦ ਆਊਗਾ ਬਹੁਤ ਵਰਕ ਕਰ ਰਹੇ ਹੈਗੇ ਮਿਹਨਤ ਦਾ ਤੁਹਾਨੂੰ ਪਤਾ ਹੀ ਬਹੁਤ ਖਿੱਚ ਕੇ ਕਰ ਰਹੇ ਹਾਂ ਮੈਂ ਸੱਚੀ ਦੱਸਾਂ ਇੰਨੀ ਮਿਹਨਤ ਕਰ ਰਿਹਾ ਮੈਂ ਰੋਟੀ ਵੀ ਨਹੀਂ ਖਾ ਗਿਆ ਕਰੇ ਓ ਤੇ ਹੁਣ ਉਰੇ ਅੱਗ ਬਗਾਰ ਪਈ ਹੈ ਇਹ ਬੜੀ ਦੁੱਖ ਭਰੀ ਕਹਾਣੀ ਇਹ ਹਮੇਸ਼ਾ ਦੁੱਖ ਭਰੀ ਕਹਾਣੀ ਚਲਾਉਂਦਾ ਚਲ ਕੋਈ ਆ ਲੈਂਪ ਆਈ ਐਮ ਸੈਡ ਬੋਏ